ਜੇਕਰ ਇਹ ਕਹਿ ਦਿੱਤਾ ਜਾਵੇ ਕਿ ਤੁਸੀਂ ਦੋ ਤੋਂ ਵੱਧ ਬੱਚਿਆਂ ਨੂੰ ਪੈਦਾ ਨਹੀਂ ਕਰ ਸਕਦੇ ਤਾਂ ਹੋ ਸਕਦਾ ਤੁਸੀਂ ਇਸ ਦੇ ਪੱਖ ਵਿੱਚ ਹੋਵੋ ਜਾਂ ਫਿਰ ਇਸ ਦੇ ਖਿਲਾਫ। ਪਰ ਸੰਸਦ ਵਿੱਚ ਇਸ ਬਾਰੇ ਇੱਕ ਪ੍ਰਾਈਵੇਟ ਮੈਂਬਰਸ ਬਿੱਲ ਪੇਸ਼ ਕਰ ਦਿੱਤਾ ਗਿਆ। ਇਸ ਦਾ ਨਾਮ ਹੈ ਪੋਪੂਲੇਸ਼ਨ ਰੈਗੂਲੇਸ਼ਨ ਬਿੱਲ। ਇਸ ਨੂੰ ਸਰਕਾਰ ਨੇ ਨਹੀਂ ਭਾਜਪਾ ਦੇ ਰਾਜ ਸਭਾ ਮੈਂਬਰ ਰਾਕੇਸ਼ ਸਿਨਹਾ ਨੇ ਪੇਸ਼ ਕੀਤਾ। ਧਿਆਨ ਇਹ ਵੀ ਰੱਖਣਾ ਕਿ ਇਹ ਅਜੇ ਸਿਰਫ ਇੱਕ ਬਿੱਲ ਹੈ, ਕੋਈ ਕਾਨੂੰਨ ਨਹੀਂ ਬਣਿਆ। ਇਸ ਨੂੰ ਅਜੇ ਪੂਰੀ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਹੋਵੇਗਾ। ਇਸ ਬਿੱਲ ਦਾ ਮਕਸਦ ਹੈ ਵੱਧਦੀ ਆਬਾਦੀ ਤੇ ਕਾਬੂ ਪਾਉਣਾ। ਬਿੱਲ ਦਾ ਸਭ ਤੋਂ ਮੇਨ ਪੁਆਇੰਟ ਹੈ ਇੱਕ ਪਰਿਵਾਰ ਲਈ ਦੋ ਬੱਚਿਆਂ ਦੀ ਪਾਲਿਸੀ, ਜੋ ਅਜਿਹਾ ਕਰੇਗਾ ਸਰਕਾਰ ਉਹਨਾਂ ਨੂੰ ਸਹੂਲਤਾਂ ਵੀ ਦੇਵੇਗੀ, ਜਿਵੇਂ ਘੱਟ ਰੇਟ ਤੇ ਬੈਂਕ ਲੋਨ, ਪੈਸੇ ਜਮ੍ਹਾਂ ਕਰਾਉਣ ਤੇ ਵਾਧੂ ਵਿਆਜ ਮਿਲੇਗਾ ਅਤੇ ਨੌਕਰੀ ਤੇ ਪੜ੍ਹਾਈ ਦੇ ਵਿੱਚ ਵੱਧ ਪ੍ਰੈਫਰੈਂਸ ਵੀ ਦਿੱਤੀ ਜਾਵੇਗੀ। ਦੂਜੀ ਅਹਿਮ ਚੀਜ਼ ਹੈ ਸਰਕਾਰੀ ਮੁਲਾਜ਼ਮਾਂ ਦੇ ਲਈ। ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਇੱਕ ਸਹੁੰ ਪੱਤਰ ਦਾਖਲ ਕਰਾਉਣਾ ਪਵੇਗਾ ਕਿ ਉਹ ਦੋ ਤੋਂ ਵੱਧ ਬੱਚੇ ਪੈਦਾ ਨਹੀਂ ਕਰਨਗੇ। ਤੀਜੀ ਚੀਜ਼ ਹੈ ਨੇਤਾਵਾਂ ਦੇ ਲਈ। ਜੇਕਰ ਕਾਨੂੰਨ ਬਣਨ ਤੋਂ ਬਾਅਦ ਤੁਹਾਡੇ ਦੋ ਤੋਂ ਵੱਧ ਬੱਚੇ ਪੈਦਾ ਹੁੰਦੇ ਹਨ ਤਾਂ ਪੋਲੀਟਿਕਸ ਦਾ ਤੁਸੀਂ ਭੁੱਲ ਹੀ ਜਾਓ, ਤੁਸੀਂ ਵਿਧਾਇਕ ਜਾਂ ਸਾਂਸਦ ਨਹੀਂ ਬਣ ਸਕੋਗੇ, ਕਿਸੇ ਵੀ ਤਰ੍ਹਾਂ ਦੀ ਸਰਕਾਰ ਵਿੱਚ ਸ਼ਾਮਿਲ ਨਹੀਂ ਹੋ ਸਕੋਗੇ। ਜੇਕਰ ਕਾਨੂੰਨ ਪਾਸ ਹੋਣ ਤੋਂ ਬਾਅਦ ਤੁਹਾਡੇ ਦੋ ਤੋਂ ਵੱਧ ਬੱਚੇ ਹੁੰਦੇ ਹਨ ਤਾਂ ਤੁਹਾਨੂੰ ਕੁਝ ਪੈਨਲਟੀਜ਼ ਵੀ ਲੱਗਣਗੀਆਂ, ਜਿਵੇਂ ਤੁਹਾਨੂੰ ਗੈਸ ਸਿਲੰਡਰ, ਪਹਿਲਾ ਘਰ ਅਤੇ ਤਮਾਮ ਚੀਜ਼ਾਂ ਤੇ ਮਿਲਣ ਵਾਲੀ ਸਬਸਿਡੀ ਵੀ ਘੱਟ ਹੋ ਜਾਵੇਗੀ। ਨਾਲ ਹੀ ਸਰਕਾਰੀ ਸਕੀਮਾਂ ਤੋਂ ਮਿਲਣ ਵਾਲੇ ਫਾਇਦੇ ਵੀ ਘੱਟ ਕਰ ਦਿੱਤੇ ਜਾਣਗੇ, ਪਰ ਇਹ ਉਹਨਾਂ ਤੇ ਲਾਗੂ ਨਹੀਂ ਹੋਵੇਗਾ ਜਿਨ੍ਹਾਂ ਦੇ ਪਹਿਲਾਂ ਤੋਂ ਹੀ ਦੋ ਤੋਂ ਵੱਧ ਬੱਚੇ ਹਨ। ਕਾਨੂੰਨ ਬਣਨ ਤੋਂ ਬਾਅਦ ਉਸਦਾ ਪਾਲਣ ਕਰਨਾ ਪਵੇਗਾ। ਸੋਸ਼ਲ ਮੀਡੀਆ ਤੇ ਕੁਝ ਲੋਕ ਲਿਖ ਰਹੇ ਹਨ ਕਿ ਇਹ ਚੰਗਾ ਬਿੱਲ ਹੈ ਅਤੇ ਇਸ ਦੀ ਕਾਫੀ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਉਤਰਾਸ਼ਦਾ ਨੇ ਲਿਖਿਆ ਕਿ ਸਾਡੇ ਕੋਲ ਰਹਿਣ ਅਤੇ ਅਨਾਜ ਪੈਦਾ ਕਰਨ ਦੇ ਲਾਇਕ ਵੀ ਜ਼ਮੀਨ ਨਹੀਂ ਹੈ, ਇਸ ਦੇ ਲਈ ਆਬਾਦੀ ਤੇ ਲਗਾਮ ਲਗਾਉਣੀ ਜ਼ਰੂਰੀ ਹੈ। ਪਰ ਕੁਝ ਲੋਕਾਂ ਨੇ ਇਸ ਬਾਰੇ ਫਿਕਰ ਵੀ ਜ਼ਾਹਰ ਕੀਤੀ ਹੈ। ਕੁਝ ਅਖਬਾਰਾਂ ਦੇ ਵਿੱਚ ਲੇਖ ਛਪੇ ਹਨ ਕਿ ਇਹ ਬਿੱਲ ਉਹਨਾਂ ਲੋਕਾਂ ਦੇ ਲਈ ਬੇਹੱਦ ਮੁਸ਼ਕਿਲ ਖੜੀ ਕਰ ਸਕਦਾ ਹੈ ਜੋ ਗਰੀਬ ਹਨ ਅਤੇ ਜਿਨ੍ਹਾਂ ਦੀ ਜ਼ਿੰਦਗੀ ਕਾਫੀ ਹੱਦ ਤੱਕ ਸਰਕਾਰੀ ਸਹੂਲਤਾਂ ਤੇ ਟਿਕੀ ਹੋਈ ਹੈ। ਪੋਪੂਲੇਸ਼ਨ ਫਾਊਂਡੇਸ਼ਨ ਆਫ ਇੰਡੀਆ ਦੇ ਐਗਜ਼ੈਕਟਿਵ ਡਾਇਰੈਕਟਰ ਪੂਨਮ ਮੁਟਰੇਜਾ ਨੇ ਡੈਕਨ ਕ੍ਰੋਨੀਕਲ ਵਿੱਚ ਲਿਖਿਆ ਕਿ ਇਹ ਬਿੱਲ ਇੰਡੀਆ ਦੀ ਡੈਮੋਗ੍ਰਾਫੀ ਨੂੰ ਸਮਝ ਨਹੀਂ ਪਾ ਰਿਹਾ। ਉਹਨਾਂ ਨੇ ਕਿਹਾ ਕਿ ਭਾਰਤ ਵਿੱਚ ਬੱਚੇ ਪੈਦਾ ਕਰਨ ਦੀ ਦਰ ਪਹਿਲਾਂ ਤੋਂ ਘੱਟ ਰਹੀ ਹੈ। 2011 ਦੀ ਮਰਦਮਸ਼ੁਮਾਰੀ ਦੇ ਹਿਸਾਬ ਨਾਲ 1991 ਤੋਂ ਪਹਿਲਾਂ 2000 ਤੱਕ ਆਪਣੇ ਇੱਥੇ ਪੋਪੂਲੇਸ਼ਨ ਗਰੋਥ 21.5% ਸੀ, ਜੋ 2001 ਦੇ ਵਿੱਚ 2011 ਦੇ ਵਿਚਾਲੇ 17.7% ਰਹਿ ਗਈ। ਪੂਨਮ ਮੁਟਰੇਜਾ ਮੁਤਾਬਕ ਇਸ ਬਿੱਲ ਦਾ ਸਭ ਤੋਂ ਮਾੜਾ ਅਸਰ ਗਰੀਬਾਂ ਤੇ ਪਵੇਗਾ, ਕਿਉਂਕਿ ਉਹਨਾਂ ਨੂੰ ਸਬਸਿਡੀ ਤੇ ਅਨਾਜ ਤੱਕ ਮਿਲਣਾ ਬੰਦ ਹੋ ਸਕਦਾ ਹੈ। ਟੀਵੀ ਪੱਤਰਕਾਰ ਫੇਰ ਡਿਸੂਜ਼ਾ ਨੇ ਸਵਾਲ ਚੁੱਕਿਆ ਕਿ ਟੂ ਚਾਈਲਡ ਪਾਲਿਸੀ ਲਾਗੂ ਕਰਨ ਦੇ ਨਾਲ ਭਰੂਣ ਹੱਤਿਆ ਦੀਆਂ ਘਟਨਾਵਾਂ ਵੱਧ ਸਕਦੀਆਂ ਹਨ, ਕਿਉਂਕਿ ਭਾਰਤੀ ਸਮਾਜ ਦੇ ਵਿੱਚ ਅਜੇ ਵੀ ਬਹੁਤ ਸਾਰੇ ਲੋਕ ਮੁੰਡੇ ਨੂੰ ਤਵੱਜੋ ਦਿੰਦੇ ਹਨ। ਇਸ ਮਾਮਲੇ ਵਿੱਚ ਚੀਨ ਦਾ ਐਗਜ਼ਾਮਪਲ ਵਾਰ-ਵਾਰ ਦਿੱਤਾ ਜਾਂਦਾ ਹੈ। 1970 ਵਿੱਚ ਚੀਨ ਵਿੱਚ ਸ਼ਹਿਰੀ ਪਰਿਵਾਰਾਂ ਦੇ ਲਈ ਇੱਕ ਅਤੇ ਪਿੰਡਾਂ ਵਿੱਚ ਰਹਿਣ ਵਾਲੇ ਪਰਿਵਾਰਾਂ ਦੇ ਲਈ ਵੱਧ ਤੋਂ ਵੱਧ ਦੋ ਬੱਚਿਆਂ ਦੀ ਨੀਤੀ ਬਣਾਈ ਗਈ ਸੀ। ਜਿਹੜੇ ਲੋਕ ਇਹਨਾਂ ਨਿਯਮਾਂ ਨੂੰ ਤੋੜਦੇ ਉਹਨਾਂ ਦੀ ਸੈਲਰੀ ਕੱਟੀ ਜਾਂਦੀ ਸੀ, ਉਹਨਾਂ ਨੂੰ ਜੇਲ੍ਹ ਤੱਕ ਭੇਜਿਆ ਜਾ ਸਕਦਾ ਸੀ। ਪਰ ਇਸ ਦੇ ਨਾਲ ਹੋਇਆ ਇਹ ਕਿ ਚੀਨ ਵਿੱਚ ਬਜ਼ੁਰਗਾਂ ਦੀ ਆਬਾਦੀ ਬਹੁਤ ਵੱਧ ਗਈ। ਫਿਰ ਚੀਨ ਨੂੰ ਵੀ ਆਪਣੀ ਨੀਤੀ ਦੇ ਵਿੱਚ ਬਦਲਾਅ ਕਰਨੇ ਪਏ। ਚੀਨ ਨੇ ਉਹਨਾਂ ਪਰਿਵਾਰਾਂ ਨੂੰ ਦੋ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਜਿੱਥੇ ਮਾਤਾ ਤੇ ਪਿਤਾ ਵਿੱਚੋਂ ਕੋਈ ਇੱਕ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਹੋਵੇ। ਹੁਣ ਗੱਲ ਰੂਸ ਦੀ। ਉੱਥੇ ਸਰਕਾਰ ਘਟਦੀ ਆਬਾਦੀ ਤੋਂ ਪਰੇਸ਼ਾਨ ਹੈ, ਇਸ ਲਈ ਲੋਕਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਤੁਸੀਂ ਸੁਣ ਕੇ ਹੈਰਾਨ ਹੋ ਜਾਵੋਗੇ ਕਿ ਰੂਸ ਵਿੱਚ 7 ਜਾਂ ਫਿਰ ਉਸ ਤੋਂ ਵੱਧ ਬੱਚੇ ਪੈਦਾ ਕਰਨ ਵਾਲਿਆਂ ਨੂੰ ਜਾਂ ਫਿਰ ਗੋਦ ਲੈ ਕੇ ਉਹਨਾਂ ਨੂੰ ਪਾਲਣ ਵਾਲੇ ਪਰਿਵਾਰਾਂ ਨੂੰ ਖੁਦ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇੱਕ ਅਵਾਰਡ ਦਿੰਦੇ ਹਨ। ਅੱਛਾ, ਪੈਸੇ ਵੀ ਮਿਲਦੇ ਹਨ, 50,000 ਰੂਬਲ ਯਾਨੀ ਕਿ ਕਰੀਬ 54,000 ਰੁਪਏ। ਭਾਰਤ ਵਿੱਚ ਰਾਕੇਸ਼ ਸਿਨਹਾ ਨੇ ਜੋ ਬਿੱਲ ਪੇਸ਼ ਕੀਤਾ ਹੈ ਉਸ 'ਤੇ ਅਜੇ ਸੰਸਦ ਵਿੱਚ ਚਰਚਾ ਹੋਣੀ ਬਾਕੀ ਹੈ। ਹੋ ਸਕਦਾ ਕਿ ਇਹ ਬਿੱਲ ਅੱਗੇ ਹੀ ਨਾ ਵਧੇ, ਹੋ ਸਕਦਾ ਕਿ ਇਸ ਵਿੱਚ ਬਹੁਤ ਸਾਰੇ ਬਦਲਾਅ ਦੱਸੇ ਜਾਣ। ਕਿਸੇ ਨੂੰ ਨਹੀਂ ਪਤਾ ਕਿ ਜੇਕਰ ਕਿਸੇ ਨੂੰ ਇੱਕ ਬੱਚੇ ਤੋਂ ਬਾਅਦ ਜੁੜਵਾ ਬੱਚੇ ਹੋ ਗਏ ਤਾਂ ਉਹ ਕਾਨੂੰਨ ਦੇ ਇਸ ਪਾਸੇ ਹੋਵੇਗਾ ਜਾਂ ਫਿਰ ਉਸ ਪਾਸੇ। ਬਹੁਤ ਸਾਰੇ ਸਵਾਲਾਂ ਦੇ ਜਵਾਬ ਅਜੇ ਤੱਕ ਇਸ ਬਿੱਲ ਦੇ ਵਿੱਚ ਨਹੀਂ ਹਨ। ਇਸ ਨੇ ਸੰਸਦ ਦੇ ਬਾਹਰ ਇੱਕ ਨਵੀਂ ਚਰਚਾ ਜ਼ਰੂਰ ਛੇੜ ਦਿੱਤੀ ਹੈ। ਜੇਕਰ ਤੁਹਾਨੂੰ ਅੱਜ ਦਾ ਸਾਡਾ ਇਹ ਵੀਡੀਓ ਚੰਗਾ ਲੱਗਾ ਤਾਂ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰੋ। ਇਸ ਦੇ ਨਾਲ ਹੀ ਖਬਰਾਂ ਦੀ ਅਪਡੇਟ ਦੇ ਲਈ ਸਾਡੀ ਵੈਬਸਾਈਟ bbc.com/punjabi ਤੇ ਵੀ ਜ਼ਰੂਰ ਆਓ। ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਸਾਨੂੰ ਫੋਲੋ ਕਰੋ। ਧੰਨਵਾਦ।